ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਓ ਗੁਰਬਾਣੀ ਸਿੱਖੀਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਸ਼ੁੱਧ ਉਚਾਰਨ ਵਿਸ਼ੇ ਦੇ ਸੰਬੰਧ ਵਿੱਚ ਅੱਜ ਇੱਕ ਹੋਰ ਬਹੁਤ ਹੀ ਅਹਿਮ ਜਾਣਕਾਰੀ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਇਸ ਵਾਸਤੇ ਆਪ ਸਮੂਹ ਸੰਗਤ ਨੂੰ ਇਹ ਬੇਨਤੀ ਹੈ ਵੀ ਇਸ ਜਾਣਕਾਰੀ ਨੂੰ ਬਹੁਤ ਹੀ ਧਿਆਨ ਦੇ ਕੇ, ਬਹੁਤ ਹੀ ਤਵੱਜੋ ਦੇ ਨਾਲ ਆਪ ਵੀ ਸੁਣੋ ਅਤੇ ਹੋਰਨਾਂ ਸਿੱਖ ਸੰਗਤਾਂ ਨਾਲ ਵੀ ਇਸ ਜਾਣਕਾਰੀ ਨੂੰ ਜ਼ਰੂਰ ਸ਼ੇਅਰ ਕਰੋ। ਜਿਹੜੀਆਂ ਸਿੱਖ ਸੰਗਤਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਹਿਜ ਪਾਠ ਕਰਦੀਆਂ ਹਨ, ਉਹਨਾਂ ਸਿੱਖ ਸੰਗਤਾਂ ਵਾਸਤੇ ਗੁਰਬਾਣੀ ਸ਼ੁੱਧ ਉਚਾਰਨ ਵਿਸ਼ੇ ਦੇ ਸੰਬੰਧ ਵਿੱਚ ਇਹ ਜਾਣਕਾਰੀ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਸਤਸੰਗਤ, ਇਸ ਜਾਣਕਾਰੀ ਦਾ ਨਾਮ ਹੈ ਅੰਤਲਾ ਅੱਖਰ ਨੰਨਾ ਵਾਲੇ ਸ਼ਬਦਾਂ ਦਾ ਉਚਾਰਨ। ਇਸ ਨੂੰ ਬਹੁਤ ਹੀ ਧਿਆਨ ਦੇ ਕੇ ਸੁਣੋ ਜੀ। ਗੁਰਬਾਣੀ ਦੀ ਲਿਖਾਈ ਅੰਦਰ ਇਹ ਨਿਯਮ ਵਰਤਿਆ ਗਿਆ ਹੈ ਕਿ ਜਿਸ ਸ਼ਬਦ ਦੇ ਅੰਤਲੇ ਅੱਖਰ ਨਾਲ ਸਿਹਾਰੀ ਜਾਂ ਔਂਕੜ ਲੱਗਿਆ ਹੋਵੇ ਅਤੇ ਉਸ ਤੋਂ ਅੱਗੇ ਨੰਨਾ ਅੱਖਰ ਮੁਕਤਾ ਹੋਵੇ ਤਾਂ ਉਹ ਸ਼ਬਦ ਦੇ ਨਾਲ ਮਿਲਾ ਕੇ ਪੜ੍ਹਿਆ ਨਹੀਂ ਜਾ ਸਕਦਾ। ਸਤਸੰਗਤ, ਇੱਕ ਵਾਰ ਇਹਨੂੰ ਫਿਰ ਰਿਪੀਟ ਸੁਣੋ ਜੀ, ਗੱਲ ਹੋਰ ਸੌਖੀ ਸਮਝ ਵਿੱਚ ਆ ਜਾਏਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਅਤੇ ਕਈ ਜਗ੍ਹਾ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਅਜਿਹੇ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਆ ਜੀ, ਜਿੱਥੇ ਸ਼ਬਦ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਜਾਂ ਔਂਕੜ ਲੱਗਿਆ ਹੁੰਦਾ ਅਤੇ ਉੱਥੇ ਸ਼ਬਦ ਦਾ ਅਗਲਾ ਅੱਖਰ ਜਿਹੜਾ ਹੈ ਉਹ ਹੁੰਦਾ ਨੰਨਾ। ਉਹ ਜੇ ਨੰਨਾ ਅੱਖਰ ਮੁਕਤਾ ਹੋਵੇ ਅਤੇ ਉਹ ਜਿਹੜਾ ਨੰਨਾ ਅੱਖਰ ਮੁਕਤਾ ਹੈ ਨਾ, ਉਹ ਆਪਣੇ ਤੋਂ ਪਹਿਲੇ ਵਾਲੇ ਸ਼ਬਦ ਦੇ ਨਾਲ ਮਿਲਾ ਕੇ ਨਹੀਂ ਪੜਿਆ ਜਾਂਦਾ। ਪਰ ਇੱਥੇ ਇੱਕ ਦੂਜਾ ਨਿਯਮ ਹੋਰ ਵੀ ਹੈ, ਇਹਨੂੰ ਵੀ ਸਤਸੰਗਤ ਸੁਣੋ ਧਿਆਨ ਨਾਲ। ਜਿਸ ਸ਼ਬਦ ਦਾ ਅੰਤਲਾ ਅੱਖਰ ਨੰਨਾ ਹੋਵੇ ਅਤੇ ਉਸ ਨੰਨੇ ਅੱਖਰ ਦੇ ਨਾਲ ਸਿਹਾਰੀ ਜਾਂ ਔਂਕੜ ਲੱਗਾ ਹੋਵੇ ਤਾਂ ਉਹ ਨੰਨਾ ਅੱਖਰ ਜਿਹੜਾ ਹੈ ਉਹ ਅੱਡੜਾ ਨਹੀਂ ਪੜਿਆ ਜਾ ਸਕਦਾ। ਉਸ ਨੰਨੇ ਅੱਖਰ ਨੂੰ ਅਸੀਂ ਸ਼ਬਦ ਦੇ ਨਾਲ ਮਿਲਾ ਕੇ ਹੀ ਪੜ੍ਹਨਾ ਹੁੰਦਾ। ਇਸ ਗੱਲ ਨੂੰ ਯਾਦ ਰੱਖੋ, ਉਸ ਨੰਨੇ ਅੱਖਰ ਨੂੰ ਜਿਸ ਨਾਲ ਸਿਹਾਰੀ ਅਤੇ ਔਂਕੜ ਲੱਗੀ ਹੋਈ ਆ ਉਹਨੂੰ ਅਸੀਂ ਅੱਡ ਨਹੀਂ ਪੜ੍ਹਨਾ, ਉਸਦਾ ਸ਼ਬਦ ਦੇ ਨਾਲ ਹੀ ਉਚਾਰਨ ਕੀਤਾ ਜਾਂਦਾ ਹੈ। ਹੁਣ ਸਾਧ ਸੰਗਤ, ਇਸ ਨਿਯਮ ਨੂੰ ਸਪਸ਼ਟ ਕਰਨ ਵਾਸਤੇ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਸਨਮੁੱਖ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਦਾ ਜਿਹੜਾ ਪਾਠ ਹੈ ਉਹ ਉਦਾਹਰਣ ਸਰੂਪ ਆਪ ਸਮੂਹ ਸੰਗਤ ਦੇ ਸਨਮੁੱਖ ਰੱਖਦਾ ਹਾਂ। ਇਹਨਾਂ ਪੰਕਤੀਆਂ ਦੇ ਪਾਠ ਨੂੰ, ਇਹਨਾਂ ਦਾ ਉਚਾਰਨ ਜਿਹੜਾ ਹੈ ਉਹ ਬਹੁਤ ਧਿਆਨ ਦੇ ਕੇ ਆਪ ਜੀ ਸੁਣੋ ਅਤੇ ਦੇਖੋ। ਸਭ ਤੋਂ ਪਹਿਲੀ ਪੰਕਤੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 974 ਉੱਤੇ ਹੁੰਦਾ ਜੀ। ਉੱਥੇ ਅਸੀਂ ਸਤਸੰਗ ਸ਼ਬਦ ਪੜ੍ਹਦੇ ਹਾਂ, ਤਾਹਾਂ ਚੰਦ ਨਾ ਸੂਰਜ ਪਾਉਣ ਨਾ ਪਾਣੀ। ਫਿਰ ਅਗਲੀ ਪੰਕਤੀ ਦਾ ਪਾਠ ਆ ਜੀ, ਕੁੱਤੇ ਚੰਦਨ ਲਾਈਐ ਭੀ ਸੋ ਕੁੱਤੀ ਧਾਤ। ਇਹ ਜਿਹੜੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 143 ਦੇ ਉੱਤੇ ਸੁਭਾਈਮਾਨ ਹੈ। ਹੁਣ ਸਤਸੰਗ ਇੱਥੇ ਤੁਸੀਂ ਧਿਆਨ ਦੇ ਨਾਲ ਦੇਖੋ, ਇਹ ਦੋ ਪੰਕਤੀਆਂ ਦਾ ਜਿਹੜਾ ਪਾਠ ਹੈ, ਪਹਿਲੀ ਪੰਕਤੀ ਦੇ ਪਾਠ ਵਿੱਚ ਅਸੀਂ ਪਾਠ ਉਚਾਰਨ ਕੀਤਾ ਹੈ ਤਾਹਾਂ ਚੰਦ ਨਾ ਸੂਰਜ ਪਾਉਣ ਨਾ ਪਾਣੀ। ਹੁਣ ਇੱਥੇ ਧਿਆਨ ਦੇ ਨਾਲ ਦੇਖੋ, ਜਿਹੜਾ ਸ਼ਬਦ ਆ ਜੀ ਚੰਦ, ਚੱਚੇ ਦੇ ਉੱਪਰ ਟਿੱਪੀ, ਦੱਦੇ ਦੇ ਪੈਰ ਵਿੱਚ ਔਂਕੜ, ਅਤੇ ਇਸ ਸ਼ਬਦ ਚੰਦ ਤੋਂ ਅਗਲਾ ਅੱਖਰ ਹੈ ਸਤਸੰਗਤ ਨੰਨਾ, ਅਤੇ ਇਹ ਜਿਹੜਾ ਨੰਨਾ ਅੱਖਰ ਆ ਤੁਸੀਂ ਦੇਖ ਸਕਦੇ ਹੋ ਇਹ ਨੰਨਾ ਅੱਖਰ ਜਿਹੜਾ ਮੁਕਤਾ ਹੈ। ਹੁਣ ਇੱਥੇ ਸਤਸੰਗਤ ਗੁਰਬਾਣੀ ਦਾ ਇਹ ਨਿਯਮ ਕੰਮ ਕਰ ਰਿਹਾ ਹੈ, ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਬੇਨਤੀ ਸਾਂਝੀ ਕੀਤੀ ਹੈ ਵੀ ਜਿਸ ਸ਼ਬਦ ਦਾ ਅੰਤਲਾ ਅੱਖਰ ਸਿਹਾਰੀ ਅਤੇ ਔਂਕੜ ਦੇ ਨਾਲ ਹੋਵੇ ਉਸ ਤੋਂ ਅੱਗੇ ਜੇ ਨੰਨਾ ਅੱਖਰ ਮੁਕਤਾ ਹੋਵੇ ਤਾਂ ਉਹ ਜਿਹੜਾ ਨੰਨਾ ਅੱਖਰ ਮੁਕਤਾ ਹੈ ਉਹ ਆਪਣੇ ਤੋਂ ਪਹਿਲੇ ਵਾਲੇ ਸ਼ਬਦ ਦੇ ਨਾਲ ਮਿਲਾ ਕੇ ਨਹੀਂ ਪੜਿਆ ਜਾ ਸਕਦਾ। ਹੁਣ ਇੱਥੇ ਸਤਸੰਗ ਤੁਸੀਂ ਦੇਖੋ, ਜਿਹੜਾ ਚੰਦ ਸ਼ਬਦ ਆ ਉੱਥੇ
ਇੱਥੇ ਚੰਦ ਸ਼ਬਦ ਦੇ ਦੱਦੇ ਅੱਖਰ ਦੇ ਪੈਰ ਵਿੱਚ ਔਂਕੜ ਲੱਗੀ ਹੋਈ ਆ। ਔਂਕੜ ਲੱਗੀ ਹੈ, ਅਗਲਾ ਅੱਖਰ ਆ ਨੰਨਾ। ਇਹ ਨੰਨਾ ਅੱਖਰ ਸਾਧਸੰਗ ਦੇ ਚੰਦ ਸ਼ਬਦ ਤੋਂ ਵੱਖਰਾ ਉਚਾਰਨ ਹੋਵੇਗਾ। ਇੱਥੇ ਸਾਧਸੰਗ ਦੇ ਯਾਦ ਰੱਖੋ, ਨੰਨਾ ਅੱਖਰ ਮੁਕਤ ਹੈ ਅਤੇ ਇਹ ਨਾ ਵਾਚੀ ਸ਼ਬਦ ਆ, ਪਰ ਇਹਦੇ ਤੋਂ ਅਗਲੀ ਜਿਹੜੀ ਪੰਕਤੀ ਦਾ ਪਾਠ ਅਸੀਂ ਉਚਾਰਨ ਕੀਤਾ ਹੈ। ਇਸ ਪਾਠ ਨੂੰ ਵੀ ਤੁਸੀਂ ਦੇਖੋ, ਕੁੱਤੇ ਚੰਦਨ ਲਾਈਏ ਭੀ ਸੋ ਕੁੱਤੀ ਤਾਤ। ਇੱਥੇ ਜਿਹੜਾ ਸ਼ਬਦ ਆ ਜੀ ਚੰਦਨ, ਇੱਥੇ ਸਾਧ ਸੰਗਤ ਇਹ ਨਿਯਮ ਕੰਮ ਕਰ ਰਹੇ ਆ, ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੇਨਤੀ ਸਾਂਝੀ ਕੀਤੀ ਆ ਵੀ ਜਿਸ ਸ਼ਬਦ ਦਾ ਅਖੀਰਲਾ ਅੱਖਰ ਨੰਨਾ ਹੋਵੇ ਅਤੇ ਉਸ ਨੰਨੇ ਅੱਖਰ ਨੂੰ ਸਿਹਾਰੀ ਅਤੇ ਔਂਕੜ ਲੱਗੀ ਹੋਵੇ, ਫਿਰ ਉਹ ਜਿਹੜਾ ਨੰਨਾ ਅੱਖਰ ਹੈ ਜਿਸ ਨੂੰ ਸਿਹਾਰੀ ਅਤੇ ਔਂਕੜ ਲੱਗੀ ਹੈ, ਉਹ ਆਪਣੇ ਤੋਂ ਪਹਿਲੇ ਵਾਲੇ ਸ਼ਬਦ ਦੇ ਨਾਲ ਮਿਲਾ ਕੇ ਇਕੱਠਾ ਹੀ ਉਚਾਰਨ ਕੀਤਾ ਜਾਵੇਗਾ। ਹੁਣ ਇੱਥੇ ਸਾਧਸੰਗ ਜਿਹੜਾ ਸ਼ਬਦ ਹੈ, ਇਹ ਸ਼ਬਦ ਹੈ ਜੀ ਚੰਦਨ, ਕਿਉਂਕਿ ਇੱਥੇ ਨੰਨੇ ਦੇ ਪੈਰ ਵਿੱਚ ਔਂਕੜ ਹੈ, ਇਹਨੂੰ ਅਸੀਂ ਜਿਹੜਾ ਹੈ ਚੰਦ ਨਾ ਪਹਿਲੀ ਪੰਕਤੀ ਦੇ ਪਾਠ ਵਾਂਗੂ ਉਚਾਰਨ ਨਹੀਂ ਕਰਨਾ। ਇੱਥੇ ਚੰਦਨ ਸ਼ਬਦ ਦਾ ਅਰਥ ਹੈ ਚੰਦਨ ਦੀ ਲੱਕੜੀ, ਅਤੇ ਜਿਹੜਾ ਪਹਿਲਾ ਸਾਧਸੰਗ ਸ਼ਬਦ ਸੀ ਤਾਹਾਂ ਚੰਦ ਨਾ ਸੂਰਜ, ਚੰਦ ਤੋਂ ਭਾਵ ਚੰਦਰਮਾ, ਆਕਾਸ਼ ਵਿੱਚ ਸਾਧਸੰਗ ਪ੍ਰਕਾਸ਼ ਕਰਨ ਵਾਲਾ ਚੰਦਰਮਾ। ਤੋ ਸਾਧ ਸੰਗਤ, ਇਹਦੇ ਤੋਂ ਅੱਗੇ ਆਪਾਂ ਇੱਕ ਦੋ ਪੰਕਤੀਆਂ ਦਾ ਪਾਠ ਹੋਰ ਦੇਖਦੇ ਹਾਂ, ਗੱਲ ਹੋਰ ਸੌਖੀ ਸਮਝ ਵਿੱਚ ਆ ਜਾਏਗੀ। ਸਾਧ ਸੰਗਤ, ਸੁਖਮਣੀ ਸਾਹਿਬ ਦੀ ਪਾਵਨ ਬਾਣੀ ਵਿੱਚ ਇੱਕ ਜਗ੍ਹਾ ਅਸੀਂ ਪੰਕਤੀ ਦਾ ਪਾਠ ਉਚਾਰਨ ਕਰਦੇ ਹਾਂ, ਲਾਖ ਕਰੋਰੀ ਬੰਦ ਨਾ ਪਰੈ। ਹੁਣ ਇਹ ਜਿਹੜੀ ਪੰਕਤੀ ਆ ਜੀ, ਇਹਨੂੰ ਧਿਆਨ ਦੇ ਕੇ ਸੁਣੋ ਜੀ, ਲਾਖ ਕਰੋਰੀ ਬੰਦ ਨਾ ਪਰੈ। ਹੁਣ ਬਹੁਤ ਸਿੱਖ ਸੰਗਤਾਂ ਐਸੀਆਂ ਹਨ, ਮੈਂ ਬੇਨਤੀ ਕਰਾਂ, ਜੋ ਇਸ ਪੰਕਤੀ ਦਾ ਪਾਠ ਇੰਝ ਕਰਦੀਆਂ ਹਨ ਵੀ ਲਾਖ ਕਰੋਰੀ ਬੰਧਨ ਪਰੈ। ਪਰ ਸਾਧ ਸੰਗਤ, ਇਸ ਗੱਲ ਨੂੰ ਖਿਆਲ ਵਿੱਚ ਰੱਖੋ, ਇੱਥੇ ਗੁਰਬਾਣੀ ਦਾ ਇਹ ਨਿਯਮ ਕੰਮ ਕਰ ਰਿਹਾ ਹੈ ਵੀ ਜਿਸ ਸ਼ਬਦ ਦਾ ਅਖੀਰਲਾ ਅੱਖਰ ਸਿਹਾਰੀ ਅਤੇ ਔਂਕਣ ਦੇ ਨਾਲ ਆਵੇ, ਉਹਦੇ ਤੋਂ ਅਗਲਾ ਅੱਖਰ ਜੇ ਨੰਨਾ ਮੁਕਤਾ ਹੋਵੇ ਅਤੇ ਉਹ ਨੰਨਾ ਅੱਖਰ ਜਿਹੜਾ ਹੈ ਆਪਣੇ ਤੋਂ ਪਹਿਲੇ ਸ਼ਬਦ ਦੇ ਨਾਲ ਮਿਲਾ ਕੇ ਉਚਾਰਨੀ ਹੋਵੇਗਾ। ਹੁਣ ਸਾਧ ਸੰਗਤ, ਇੱਥੇ ਤੁਸੀਂ ਧਿਆਨ ਦੇ ਨਾਲ ਦੇਖੋ, ਇੱਥੇ ਸ਼ਬਦ ਦਾ ਬੰਧ ਬੱਬਾ, ਉਹਦੇ ਉੱਪਰ ਟਿੱਪੀ ਅਤੇ ਧੱਦੇ ਦੇ ਪੈਰ ਵਿੱਚ ਔਂਕੜ ਲੱਗੀ ਹੋਈ ਆ। ਹੁਣ ਧੱਦੇ ਦੇ ਪੈਰ ਵਿੱਚ ਲੱਗੀ ਔਂਕੜ ਜਿਹੜੀ ਹੈ, ਇਹ ਸਾਧ ਸੰਗਤ ਇੱਥੇ ਸਾਨੂੰ ਦੱਸ ਰਹੀ ਆ ਵੀ ਜਿਹੜਾ ਨੰਨਾ ਅੱਖਰ ਹੈ ਇਹਦੇ ਤੋਂ ਅਗਲਾ, ਇਹ ਅੱਖਰ ਆ ਮੁਕਤਾ, ਅਤੇ ਇਹ ਅੱਖਰ ਜਿਹੜਾ ਹੈ ਬੰਦ, ਇਹਦੇ ਨਾਲ ਮਿਲਾ ਕੇ ਉਚਾਰਨ ਨਹੀਂ ਹੋਣਾ। ਨੰਨਾ ਅੱਖਰ ਸਾਧ ਸੰਗਤ ਆਪਣੇ ਆਪ ਵਿੱਚ ਨਾ ਵਾਚੀ ਸ਼ਬਦ ਹੈ। ਇਸ ਨੰਨੇ ਅੱਖਰ ਨੂੰ ਅਸੀਂ ਇਸ ਪੰਕਤੀ ਦੇ ਪਾਠ ਵਿੱਚ ਬੰਧਨ ਨਾਲ ਮਿਲਾ ਕੇ, ਬੰਧ ਵਾਲੇ ਸ਼ਬਦ ਦੇ ਨਾਲ ਮਿਲਾ ਕੇ ਉਚਾਰਨ ਨਹੀਂ ਕਰਨਾ। ਇਹਨੂੰ ਸਾਧ ਸੰਗਤ ਹਮੇਸ਼ਾ ਧਿਆਨ ਰੱਖੋ, ਜਦੋਂ ਵੀ ਇਸ ਪੰਕਤੀ ਦਾ ਤੁਸੀਂ ਸੁਖਮਣੀ ਸਾਹਿਬ ਦੇ ਵਿੱਚ ਪਾਠ ਕਰਨਾ ਹੈ, ਇਸ ਪੰਕਤੀ ਦਾ ਪਾਠ ਹਮੇਸ਼ਾ ਇਸੇ ਢੰਗ ਨਾਲ ਅਸੀਂ ਉਚਾਰਨ ਕਰਾਂਗੇ ਜੀ, ਲਾਖ ਕਰੋਰੀ ਬੰਧ ਨਾ ਪਰੈ। ਕਿਉਂਕਿ ਸਾਧ ਸੰਗਤ, ਇਸ ਪੰਕਤੀ ਦਾ ਜਿਹੜਾ ਅਰਥ ਹੈ ਉਹ ਅਰਥ ਬਣਦਾ ਵਾ ਜੀ, ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਤ੍ਰਿਸ਼ਨਾ ਨੂੰ ਰੋਕ ਨਹੀਂ ਪੈਂਦੀ। ਇੱਥੇ ਸਾਧ ਸੰਗਤ ਅਰਥ ਬਿਲਕੁਲ ਸਾਫ ਅਤੇ ਸਪਸ਼ਟ ਹੈ। ਇੱਥੇ ਸਾਧ ਸੰਗਤ ਬੰਧ ਸ਼ਬਦ ਦਾ ਅਰਥ ਆ ਰੋਕ, ਇੱਥੇ ਬੰਧਨ ਸ਼ਬਦ ਜਿਹੜਾ ਹੈ ਇਹ ਉਚਾਰਨ ਨਹੀਂ ਹੋਵੇਗਾ। ਮੈਂ ਉਮੀਦ ਕਰਦਾ ਹਾਂ ਆਪ ਸਮੂਹ ਸੰਗਤ ਨੂੰ ਸਾਧ ਸੰਗਤ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਜ਼ਰੂਰ ਸਮਝ ਵਿੱਚ ਆ ਰਹੀ ਹੋਵੇਗੀ। ਇਹਦੇ ਤੋਂ ਅਗਲੀ ਪੰਕਤੀ ਦਾ ਸਾਧ ਸੰਗਤ ਤੁਸੀਂ ਪਾਠ ਵੇਖੋ, ਅਸੀਂ ਮਹਾਰਾਜ ਦੀ ਬਾਣੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1351 ਦੇ ਉੱਤੇ ਸਾਧ ਸੰਗਤ ਪਾਠ ਉਚਾਰਨ ਕਰਦੇ ਹਾਂ ਜੀ, ਜੀ ਕਾ ਬੰਧਨ ਕਰਮ ਵਿਆਪੈ। ਹੁਣ ਜਿੱਥੇ ਸਾਧ ਸੰਗਤ ਬੰਧਨ ਸ਼ਬਦ ਅਸੀਂ ਉਚਾਰਨ ਕਰਨਾ ਹੈ, ਤੁਸੀਂ ਇੱਥੇ ਦੇਖੋ, ਇੱਥੇ ਗੁਰਬਾਣੀ ਦਾ ਇਹ ਨਿਯਮ ਕੰਮ ਕਰ ਰਿਹਾ ਹੈ ਵੀ ਜਿਸ ਸ਼ਬਦ ਦਾ ਅੰਤਲਾ ਅੱਖਰ ਨੰਨਾ ਹੋਵੇ, ਉਸ ਨੰਨੇ ਅੱਖਰ ਨੂੰ ਸਿਹਾਰੀ ਜਾਂ ਔਂਕੜ ਲੱਗੀ ਹੋਵੇ, ਅਤੇ ਉਹ ਨੰਨਾ ਅੱਖਰ ਫਿਰ ਸਾਧਸੰਗ ਆਪਣੇ ਤੋਂ ਪਹਿਲੇ ਸ਼ਬਦ ਦੇ ਨਾਲ ਮਿਲਾ ਕੇ ਜਿਹੜਾ ਹੈ ਉਚਾਰਨ ਕੀਤਾ ਜਾਂਦਾ ਹੈ। ਹੁਣ ਇੱਥੇ ਸਾਧਸੰਗ ਜਿਹੜਾ ਬੰਧਨ ਸ਼ਬਦ ਹੈ, ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਅਤੇ ਸਪਸ਼ਟ
ਇੱਥੇ ਨੰਨੇ ਅੱਖਰ ਦੇ ਪੈਰ ਵਿੱਚ ਔਂਕੜ ਲੱਗੀ ਹੋਈ ਹੈ ਅਤੇ ਸਾਧ ਸੰਗਤ ਹੁਣ ਇਹ ਜਿਹੜਾ ਨੰਨਾ ਅੱਖਰ ਹੈ ਬੰਦ ਸ਼ਬਦ ਦੇ ਨਾਲ ਮਿਲਾ ਕੇ ਉਚਾਰਨ ਹੋਏਗਾ, ਇਹਨੂੰ ਅਸੀਂ ਉਚਾਰਨ ਕਰਾਂਗੇ ਬੰਧਨ, ਇਹਨੂੰ ਬੰਦ ਨਾ ਇਸ ਢੰਗ ਨਾਲ ਉਚਾਰਨ ਨਹੀਂ ਕਰਨਾ। ਇੱਥੇ ਸ਼ਬਦ ਬਣੇਗਾ ਜੀ ਬੰਧਨ, ਜੀ ਕਾ ਬੰਧਨ ਕਰਮ ਵਿਆਪੈ। ਇਸੇ ਤਰ੍ਹਾਂ ਸਾਧ ਸੰਗਤ ਅਸੀਂ ਦੋ ਪੰਕਤੀਆਂ ਦਾ ਪਾਠ ਹੋਰ ਆਪਾਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਦੇਖਦੇ ਹਾਂ। ਦੂਰ ਕਿਉਂ ਜਾਈਏ, ਆਪਾਂ ਸਾਧ ਸੰਗਤ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਪਾਠ ਵਿੱਚ ਰੋਜ਼ਾਨਾ ਪੰਕਤੀ ਦਾ ਪਾਠ ਉਚਾਰਨ ਕਰਦੇ ਹਾਂ ਜੀ। ਮੰਨੈ ਮਗ ਨਾ ਚੱਲੈ ਪੰਥ। ਇੱਥੇ ਸਾਧ ਸੰਗਤ ਤੁਸੀਂ ਦੇਖੋ ਸ਼ਬਦ ਆ ਜੀ ਮਗ, ਮਗ ਤੋਂ ਭਾਵ ਮਾਰਗ। ਇੱਥੇ ਤੁਸੀਂ ਦੇਖੋ ਵੀ ਮਗ ਸ਼ਬਦ ਦੇ ਗੱਗੇ ਅੱਖਰ ਦੇ ਪੈਰ ਵਿੱਚ ਔਂਕੜ ਲੱਗੀ ਹੋਈ ਆ ਅਤੇ ਨਾਲ ਹੀ ਅਗਲਾ ਅੱਖਰ ਆ ਜੀ ਨੰਨਾ। ਇਹ ਜਿਹੜਾ ਨੰਨਾ ਅੱਖਰ ਆ ਇੱਥੇ ਮੁਕਤਾ ਵਾ, ਇੱਥੇ ਨੰਨਾ ਅੱਖਰ ਮੁਕਤਾ ਦਾ ਭਾਵ ਅਰਥ ਇਹੀ ਆ ਵੀ ਇਹ ਨੰਨਾ ਅੱਖਰ ਨਾ ਵਾਚੀ ਸ਼ਬਦ ਹੈ। ਇਸ ਨੂੰ ਸਾਧ ਸੰਗਤ ਅਸੀਂ ਮਗ ਗੱਗੇ ਅੱਖਰ ਦੇ ਨਾਲ ਮਿਲਾ ਕੇ ਪਾਠ ਉਚਾਰਨ ਨਹੀਂ ਕਰਾਂਗੇ, ਇਹਨੂੰ ਸਾਧ ਸੰਗਤ ਇੰਝ ਉਚਾਰਨ ਨਹੀਂ ਕਰਾਂਗੇ ਵੀ ਮੰਨੈ ਮਗਨ ਚੱਲੈ ਪੰਥ। ਇਹ ਸ਼ਬਦ ਮਗਨ ਉਚਾਰਨ ਨਹੀਂ ਹੋਏਗਾ, ਇਹ ਸ਼ਬਦ ਜਿਹੜਾ ਹੈ ਮਗ ਨਾ ਚੱਲੈ ਪੰਥ। ਇਹਦੇ ਤੋਂ ਅਗਲੀ ਪੰਕਤੀ ਦਾ ਪਾਠ ਤੁਸੀਂ ਦੇਖੋ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 196 ਦੇ ਉੱਤੇ ਅਸੀਂ ਪਾਠ ਉਚਾਰਨ ਕਰਦੇ ਹਾਂ ਜੀ। ਮਾਇਆ ਮਗਨ ਨਰਕ ਲੈ ਜਾਈ। ਮਾਇਆ ਮਗਨ, ਇਹ ਜਿਹੜਾ ਮਗਨ ਸ਼ਬਦ ਆ ਇੱਥੇ ਤੁਸੀਂ ਦੇਖੋ ਮਗਨ ਨੰਨੇ ਅੱਖਰ ਦੇ ਪੈਰ ਵਿੱਚ ਔਂਕੜ ਲੱਗੀ ਹੋਈ ਆ ਅਤੇ ਇੱਥੇ ਇਹ ਨਿਯਮ ਕੰਮ ਕਰ ਰਿਹਾ ਹੈ ਵੀ ਨੰਨੇ ਅੱਖਰ ਨੂੰ ਜੇ ਸਿਹਾਰੀ ਅਤੇ ਔਂਕੜ ਲੱਗੀ ਹੋਵੇ ਤਾਂ ਉਹ ਜਿਹੜਾ ਨੰਨਾ ਅੱਖਰ ਹੈ ਸ਼ਬਦ ਦੇ ਨਾਲ ਮਿਲਾ ਕੇ ਉਚਾਰਨ ਕੀਤਾ ਜਾਂਦਾ ਹੈ। ਸਾਧ ਸੰਗਤ ਇਸ ਸ਼ਬਦ ਦਾ ਅਰਥ ਬਣੇਗਾ ਮਾਇਆ ਮਗਨ ਨਰਕ ਲੈ ਜਾਈ। ਮਾਇਆ ਦੇ ਵਿੱਚ ਮਗਨ ਹੋਣ ਵਾਲਾ ਜਿਹੜਾ ਵਿਅਕਤੀ ਹੈ ਉਹ ਸਾਧ ਸੰਗਤ ਨਰਕਾਂ ਦੇ ਵਿੱਚ ਪੈਂਦਾ ਹੈ। ਹੁਣ ਇਸ ਤੋਂ ਅੱਗੇ ਸਾਧ ਸੰਗਤ ਇੱਕ ਗੱਲ ਹੋਰ ਸਮਝਣ ਵਾਲੀ ਹੈ, ਇਸ ਨੂੰ ਵੀ ਧਿਆਨ ਦੇ ਕੇ ਸੁਣੋ ਜੀ। ਗੁਰਬਾਣੀ ਵਿੱਚ ਇਸ ਨਿਯਮ ਦੀ ਵਰਤੋਂ, ਇਸ ਨਿਯਮ ਤੋਂ ਭਾਵ ਸਾਧ ਸੰਗਤ ਹੁਣੇ ਹੁਣੇ ਜਿਸ ਨਿਯਮ ਬਾਰੇ ਆਪਾਂ ਜਾਣਕਾਰੀ ਸਾਂਝੀ ਕੀਤੀ ਹੈ ਉਸ ਨਿਯਮ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਵੀ ਗੁਰਬਾਣੀ ਵਿੱਚ ਇਸ ਨਿਯਮ ਦੀ ਵਰਤੋਂ ਅਜਿਹੇ ਸ਼ਬਦਾਂ ਨਾਲ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਸ਼ਬਦਾਂ ਦੇ ਲਿਖਣ ਵਿੱਚ ਉਹਨਾਂ ਦਾ ਅੰਤਲਾ ਅੱਖਰ ਇੱਕ ਥਾਂ 'ਤੇ ਨੰਨਾ ਅਤੇ ਦੂਸਰੀ ਥਾਂ 'ਤੇ ਨਾਣਾ ਹੋਵੇ। ਜਿਵੇਂ ਸਤਸੰਗ ਉਦਾਹਰਣ ਸਰੂਪ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ ਜੀ ਨਰਾਇਣ, ਨੰਨਾ ਰਾਰੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਨੰਨਾ ਨਰਾਇਣ ਤੋਂ ਭਾਵ ਪਰਮਾਤਮਾ। ਪਰ ਇੱਕ ਜਗ੍ਹਾ ਸਤਸੰਗ ਅਸੀਂ ਸ਼ਬਦ ਪੜ੍ਹਦੇ ਹਾਂ ਨਰਾਇਣ, ਅੰਤਲਾ ਅੱਖਰ ਜਿਹੜਾ ਹੈ ਇੱਥੇ ਨਾਣਾ ਹੈ। ਨੰਨਾ ਰਾਰੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਨਾਣਾ। ਹੁਣ ਇਹ ਦੋਨੇ ਸ਼ਬਦ ਜਿਹੜੇ ਆ ਇਹ ਪਰਮਾਤਮਾ ਵਾਚੀ ਆ, ਪਰ ਇੱਕ ਜਗ੍ਹਾ ਸਾਧ ਸੰਗਤ ਅਸੀਂ ਦੇਖ ਸਕਦੇ ਹਾਂ ਸ਼ਬਦ ਦਾ ਅਖੀਰਲਾ ਅੱਖਰ ਨੰਨਾ ਵਾ ਅਤੇ ਦੂਸਰੇ ਜਗ੍ਹਾ ਉਸੇ ਹੀ ਸ਼ਬਦ ਦਾ ਅਖੀਰਲਾ ਅੱਖਰ ਜਿਹੜਾ ਨਾਣਾ ਹੈ। ਜਿਵੇਂ ਇੱਕ ਜਗ੍ਹਾ ਆਪਾਂ ਹੋਰ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਸੇਮ ਸ਼ਬਦਾਂ ਦਾ ਉਚਾਰਨ ਕਰਦੇ ਹਾਂ ਜੀ, ਜਿਵੇਂ ਰਸਾਇਣ ਅਤੇ ਰਸਾਇਣ, ਰਸਾਇਣ ਅਤੇ ਰਸਾਇਣ। ਇੱਕ ਜਗ੍ਹਾ ਰਾਰਾ ਸੱਸੇ ਨੂੰ ਕੰਨਾ, ਈੜੀ ਨੂੰ ਸਿਆਰੀ, ਨੰਨਾ, ਇਸ ਢੰਗ ਦਾ ਸ਼ਬਦ ਦਾ ਸਰੂਪ ਆ ਜੀ। ਅਤੇ ਦੂਸਰੀ ਜਗ੍ਹਾ ਸਾਧ ਸੰਗਤ ਇਹ ਸ਼ਬਦ ਆ ਜੀ ਰਾਰਾ ਸੱਸੇ ਨੂੰ ਕੰਨਾ, ਈੜੀ ਨੂੰ ਸਿਆਰੀ, ਨਾਣਾ, ਇਹ ਸ਼ਬਦ ਦਾ ਸਰੂਪ ਆ। ਪਰ ਇੱਥੇ ਸਾਧ ਸੰਗਤ ਤੁਸੀਂ ਦੇਖੋ ਇੱਕ ਜਗ੍ਹਾ ਸ਼ਬਦ ਦਾ ਅਖੀਰਲਾ ਅੱਖਰ ਨੰਨਾ ਵਾ, ਦੂਸਰੀ ਜਗ੍ਹਾ ਸ਼ਬਦ ਦਾ ਅਖੀਰਲਾ ਅੱਖਰ ਆ ਜੀ ਨਾਣਾ। ਇਸੇ ਤਰ੍ਹਾਂ ਹੋਰ ਸ਼ਬਦ ਆ ਜੀ ਪਲਾਇਨ ਅਤੇ ਪਲਾਇਣ, ਗਾਇਨ ਅਤੇ ਗਾਇਣ। ਇਹ ਦੋਨੇ ਜਿਹੜੇ ਸ਼ਬਦ ਆ ਇੱਥੇ ਵੀ ਅਖੀਰਲਾ ਅੱਖਰ ਨੰਨਾ ਅਤੇ ਨਾਣਾ ਵਾ। ਤੋ ਮੇਰੇ ਕਹਿਣ ਤੋਂ ਭਾਵ ਸਾਧ ਸੰਗਤ ਗੁਰਬਾਣੀ ਦੇ ਵਿੱਚ ਇਹ ਜਿਹੜਾ ਨਿਯਮ ਹੈ ਅਜਿਹੇ ਸ਼ਬਦਾਂ ਦੇ ਨਾਲ ਅਸੀਂ ਨਹੀਂ ਵਰਤ ਸਕਦੇ ਜਿਹੜੇ ਸ਼ਬਦਾਂ ਵਿੱਚ ਸਾਧ ਸੰਗਤ ਇੱਕ ਜਗ੍ਹਾ ਸ਼ਬਦ ਦਾ ਅਖੀਰਲਾ ਅੱਖਰ ਨੰਨਾ ਹੈ ਅਤੇ ਉਸੇ ਹੀ ਸ਼ਬਦ ਦਾ ਅਖੀਰਲਾ ਅੱਖਰ ਦੂਸਰੀ ਜਗ੍ਹਾ ਨਾਣਾ ਲਿਖਿਆ ਹੋਇਆ ਹੈ। ਤੋ ਇਸ ਗੱਲ ਨੂੰ ਵੀ ਸਾਧ ਸੰਗਤ ਧਿਆਨ ਵਿੱਚ ਰੱਖਣਾ। ਅਤੇ ਤੀਜੀ ਗੱਲ ਅਖੀਰ 'ਤੇ ਸਾਧ ਸੰਗਤ ਇਸ ਨੂੰ ਵੀ ਧਿਆਨ ਵਿੱਚ ਰੱਖੋ ਇਸ ਨਿਯਮ ਦੀ ਗੁਰਬਾਣੀ ਵਿੱਚ ਅਜਿਹੇ ਸ਼ਬਦਾਂ ਨਾਲ ਵੀ ਵਰਤੋਂ ਨਹੀਂ ਕੀਤੀ ਜਾ ਸਕਦੀ ਜਿਹੜੇ ਸ਼ਬਦ ਖਾਸ ਨਾਂਵ ਹੋਣ, ਖਾਸ ਨਾਂਵ ਤੋਂ ਭਾਵ ਪ੍ਰੋਪਰ ਨਾਊਨ ਹੋਣ।
ਜਿਵੇਂ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਜਮੁਨ, ਜਮੁਨ ਤੋਂ ਭਾਵ ਜਮੁਨਾ ਦਰਿਆ, ਜਾਂ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ, ਗੁਰੂ ਅਰਜਨ ਤੋਂ ਭਾਵ ਗੁਰੂ ਅਰਜਨ ਸਾਹਿਬ ਜੀ। ਕਾਲ ਜਮੁਨ, ਕਾਲ ਜਮੁਨ ਇੱਕ ਰਾਜੇ ਦਾ ਨਾਮ ਆ ਜੀ। ਹੁਣ ਇੱਥੇ ਸਤਸੰਗ ਤੁਸੀਂ ਦੇਖੋ ਜਿਹੜਾ ਜਮੁਨ ਸ਼ਬਦ ਆ, ਹਾਲਾਂਕਿ ਇਹ ਜਮੁਨ ਸ਼ਬਦ ਜਿਹੜਾ ਹੈ ਜੱਜਾ ਮੰਮਾ ਮੰਮੇ ਦੇ ਪੈਰ ਵਿੱਚ ਔਂਕੜ ਲੱਗੀ ਹੋਈ ਆ। ਹੁਣ ਇੱਥੇ ਇਹ ਨਿਯਮ ਲਾਗੂ ਨਹੀਂ ਹੁੰਦਾ ਵੀ ਜਿਸ ਸ਼ਬਦ ਦਾ ਅੰਤਲਾ ਅੱਖਰ ਸਿਹਾਰੀ ਜਾਂ ਔਂਕੜ ਨਾਲ ਆਵੇ ਅਤੇ ਉਹਦੇ ਤੋਂ ਅਗਲਾ ਅੱਖਰ ਨੰਨਾ ਮੁਕਤਾ ਹੋਵੇ ਅਤੇ ਉਹ ਨੰਨਾ ਅੱਖਰ ਉਸ ਤੋਂ ਪਹਿਲਾਂ ਵਾਲੇ ਸ਼ਬਦ ਨਾਲ ਮਿਲਾ ਕੇ ਅਸੀਂ ਉਚਾਰਨ ਨਹੀਂ ਕਰਨਾ। ਹੁਣ ਇਹ ਜਿਹੜਾ ਨਿਯਮ ਅਸੀਂ ਪੜ੍ਹਿਆ ਵਾ ਇੱਥੇ ਲਾਗੂ ਨਹੀਂ ਹੁੰਦਾ, ਕਿਉਂਕਿ ਇੱਥੇ ਇਹ ਜਿਹੜਾ ਜਮੁਨ ਸ਼ਬਦ ਆ ਇਹਨੂੰ ਯਾਦ ਰੱਖੋ, ਜਮੁਨ ਸ਼ਬਦ ਇੱਕ ਖਾਸ ਨਾਂਵ ਹੈ। ਤੋ ਚੇਤਾ ਰਵੇ ਜੀ, ਨਾਉਣ ਵਾਲੇ ਸ਼ਬਦਾਂ ਦੇ ਨਾਲ ਵੀ ਇਸ ਨਿਯਮ ਦੀ ਅਸੀਂ ਵਰਤੋਂ ਨਹੀਂ ਕਰ ਸਕਦੇ। ਤੋ ਸਾਧ ਸੰਗਤ, ਮੈਂ ਉਮੀਦ ਕਰਦਾ ਹਾਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਆਪ ਸਮੂਹ ਸਿੱਖ ਸੰਗਤਾਂ ਨੂੰ ਜ਼ਰੂਰ ਸਮਝ ਵਿੱਚ ਆਈ ਹੋਵੇਗੀ। ਇਹ ਜਾਣਕਾਰੀ ਵੀ ਬਹੁਤ ਮਹੱਤਵਪੂਰਨ ਜਾਣਕਾਰੀ ਹੈ। ਸਾਧ ਸੰਗਤ, ਜਿਹੜੀਆਂ ਸਿੱਖ ਸੰਗਤਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ, ਮੈਂ ਬੇਨਤੀ ਕਰਨਾ ਚਾਹਾਂਗਾ ਵੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰੋ, ਤਾਂ ਜੋ ਜਿਹੜੀਆਂ ਸਿੱਖ ਸੰਗਤਾਂ ਰੋਜ਼ਾਨਾ ਗੁਰੂ ਸਾਹਿਬ ਦੀ ਪਾਵਨ ਬਾਣੀ ਪੜ੍ਹਦੀਆਂ ਹਨ ਉਹਨਾਂ ਨੂੰ ਸਾਧ ਸੰਗਤ ਗੁਰਬਾਣੀ ਸ਼ੁੱਧ ਉਚਾਰਨ ਸੰਬੰਧੀ ਇਸ ਨਿਯਮ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਜਾ ਸਕੇ। ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪ੍ਰੋਗਰਾਮ ਵੇਖਣ ਵਾਸਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਬੈਲ ਲਿੰਕਨ ਦੇ ਨਿਸ਼ਾਨ 'ਤੇ ਵੀ ਆਲ 'ਤੇ ਜ਼ਰੂਰ ਕਲਿੱਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।